ਸਾਲ 10 ਸਾਲ ਤੋਂ ਬੰਬੇ ਦੀ ਕਲੀ ਕਲੀ ਗਲੀ ਸ਼ਾਂਤੀ ਸਾਰੀਆਂ ਫਿਲਮ ਵਾਲਿਆਂ ਦੇ ਬੰਗਲੇ ਮੈਂ ਦੇਖਿਆ ਫੋਟੋ ਖਿੱਚੇ ਚਿੰਤਾ ਨਗਰ ਇੱਥੇ ਬੰਬੇ ਨਾ ਬਣਾ ਤਾਂ ਜੱਟ ਦਾ ਲੱਗੇ ਤੂੰ ਕੱਲ ਸਬਸਕ੍ਰਾਈਬ ਕਰੋ ਸੁਖ ਜਿਹੜੀ ਲਾਈਵ ਚੈਨਲ ਨੂੰ ਤੇ ਨਾਲ ਲੱਗੀ ਛੋਟੀ ਜਿਹੀ ਘੰਟੀ ਦਬਾਓ ਮਾਨ ਸਾਹਿਬ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਜਿੰਨੀ ਉਮਰ ਦੀ ਕਮਾਈ ਸੀ ਸਾਰੀ ਮੋਟਰ ਤੇ ਲਾ ਦਿੱਤੀ। 4 ਸਾਲ ਪਹਿਲਾਂ ਕਿਹਾ ਸੀ ਆ ਮੁੰਡੇ ਜਿਹੜੇ ਮੇਰੇ ਖੜੇ ਆ, ਮੈਂ ਕਿਹਾ ਯਾਰ ਬੰਬੇ ਵਾਲੇ ਜਿਹੜੇ ਵੱਡੇ ਵੱਡੇ ਕੈਮਰਾਮੈਨ ਆ, ਕੋਈ ਕਹਿੰਦਾ ਮੈਂ ਸ਼ਾਹਰੁਖ ਖਾਨ ਨਾਲ ਕੰਮ ਕਰਦਾ, ਕੋਈ ਕਹਿੰਦਾ ਮੈਂ ਕਰੀਨਾ ਨਾਲ, ਮੈਂ ਕਿਹਾ ਮੋਟਰ ਤੇ ਰੱਖਣੇ ਆ, ਮੋਟਰ ਤੇ ਰੱਖੇ। ਪਹਿਲਾਂ ਹਫ਼ਤਾ ਕੁ ਬੜਾ ਰੌਲਾ ਪਾਇਆ, ਕਹਿੰਦੇ ਬਾਈ ਯਹਾਂ ਤੋਂ ਪ੍ਰੋਬਲਮ ਹੈ, ਯਹਾਂ ਤੋਂ ਸਰਦੀ ਬਹੁਤ ਹੈ। ਮੈਂ ਕਿਹਾ ਭੱਠੀ ਲਾ ਤੀ ਹਲਵਾਈ ਚਾੜਦਾ, ਸੱਤਵੇਂ ਦਿਨ ਜਦੋਂ ਵਜ਼ਨ ਵਧਿਆ ਨਾ 2-2 ਕਿਲੋ, ਕਹਿੰਦੇ ਮਜ਼ਾ ਹੀ ਬਹੁਤ ਹੈ। ਪਿਛਲੇ 2 ਸਾਲ ਤੋਂ ਫੋਨ ਕਰੀ ਨੇ ਸਰ ਕਬ ਸ਼ੂਟਿੰਗ ਹੈ, ਮੈਂ ਕਿਹਾ ਦੇਖਿਆ ਫਿਰ ਚੱਕਰ ਦਾ ਨਜ਼ਾਰਾ, ਪਤਾ ਮੁੰਡਾ ਕੁਛ ਨਹੀਂ, ਇਹ ਗੱਲਾਂ ਹੀ ਹੈ। ਉਦੋਂ ਜ਼ਰੂਰਤ ਸੀ ਬੰਬੇ ਦੀ, ਜਦੋਂ ਅਸੀਂ ਜਿਹੜਾ ਸਿਸਟਮ ਸੀ ਡਿਸਟ੍ਰੀਬਿਊਸ਼ਨ ਦਾ ਜਾਂ ਫਿਲਮਾਂ ਲਾਉਣ ਦਾ ਬੰਬੇ ਹੀ ਸੀ, ਘੁੱਗੀ ਨੱਕ ਕਰ ਕੇ ਹੱਥ ਪੈ ਗਈ, ਪੰਜਾਬੀਆਂ ਦੇ ਧੱਕੇ ਚੜ ਗਈਆਂ, ਫਿਲਮਾਂ ਤਾਂ ਲੱਭਣੀਆਂ ਕਿਤੇ ਨਹੀਂ। ਅੱਜ ਹਰ 3 ਫਿਲਮ ਦਾ ਸਬਜੈਕਟ ਪੰਜਾਬੀ ਹੈ, ਹਰ ਫਿਲਮ 'ਚ ਗੀਤ ਪੰਜਾਬੀ ਹੈ। ਫਿਰ ਗੱਲ ਕਹਿ ਰਹੇ ਨੀ ਪਿੱਛੇ, ਬਸ ਖਾਲੀ ਇੰਨਾ ਕਿ ਕਹਿਣਾ ਕਿ ਮੁਝੇ ਤੁਮਸੇ ਬਹੁਤ ਪਿਆਰ ਹੈ, ਪੰਜਾਬੀ ਚਾਹੁੰਦਾ ਵੀ ਮੈਂ ਤੇਰੇ ਤੇ ਮਰਦਾ। ਇਸ ਭਾਸ਼ਾ ਵਰਗੀ ਕੋਈ ਭਾਸ਼ਾ ਦੁਨੀਆ 'ਚ ਹੈ ਨਹੀਂ। ਮੈਂ ਤਾਂ ਦੱਸ ਦਿਓ, ਮੈਂ ਉਰਦੂ ਵੀ ਪੜ੍ਹੀ, ਮੈਨੂੰ ਪਹਿਲਾਂ ਲੱਗਦਾ ਸੀ ਕਿ ਵੀ ਜਿਹੜੇ ਉਰਦੂ 'ਚ ਲਿਖਦੇ ਆ ਵੀ ਇਹ ਖਾਸਾ ਵੱਡਾ ਕੰਮ ਜਿਹਾ, ਖਾਸਾ ਚਿਰ ਪੜ੍ਹ ਕੇ ਜਦੋਂ ਮੈਨੂੰ ਲੱਗਿਆ ਵੀ ਪਿਆਜ਼ ਨੂੰ ਪਿਆਜ਼ ਕਹਿਣਾ ਗੱਲ ਤਾਂ ਕੁਛ ਵੀ ਨਹੀਂ, ਜੱਜੇ ਦੇ ਪੈਰ ਦਰੇਕ ਤੋਂ ਪੈਂਦੀ ਡੋਕਣੀਆਂ ਪੰਜਾਬੀ ਵਰਗੀ ਭਾਸ਼ਾ ਨਹੀਂ ਕਿਉਂ ਵਧੀਆ ਮੈਂ ਤੁਹਾਨੂੰ ਦੱਸਦਾ। ਤੁਸੀਂ ਕਿਸੇ ਨੂੰ ਪੁੱਛੋ ਹਿੰਦੀ 'ਚ ਪੁੱਛੋ ਵੀ ਜਾਣਾ ਕਿ ਨਹੀਂ, ਉਹ ਕਹੋਗੇ ਨਹੀਂ ਮੈਂ ਨਹੀਂ ਜਾਊਂਗਾ। ਅੰਗਰੇਜ਼ੀ 'ਚ ਪੁੱਛੋ ਉਹ ਕਹਿੰਦਾ ਨੋ ਆਈ ਡੋਂਟ ਵਾਂਟ, ਪੰਜਾਬੀ 'ਚ ਪੁੱਛੋ ਵੀ ਜਾਣਾ ਦੁਨੀਆ ਦਾ ਦੱਸ ਦਿਓ, ਬੰਦਾ ਤਾਂ ਛੱਡੋ ਬਲਦ ਨੂੰ ਤੇ ਮੱਝ ਨੂੰ ਮੋੜਨਾ ਹੋਵੇ 2 ਵਾਰੀ ਕਰ ਦਿਓ ਸਾਰੇ ਬੋਲ। ਵੱਖਰੀ ਗੱਲ ਹੈ ਕਿ ਜਿਹੜੀਆਂ ਵੱਡੀਆਂ ਭਾਸ਼ਾਵਾਂ ਹੁੰਦੀਆਂ ਉਹ ਡਾਇਨਾਸੋਰ ਵਾਂਗੂ ਛੋਟਿਆਂ ਨੂੰ ਨੱਪਦੀਆਂ, ਬਹੁਤ ਆਲੋਚਨਾ ਹੁੰਦੀ ਹੈ ਗੀਤਾਂ ਦੀ ਟੈਲੀਵਿਜ਼ਨਾਂ ਤੇ ਅਖਬਾਰਾਂ 'ਚ, ਪਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਵਕਤ ਨੇ ਬਦਲਦੇ ਰਹਿਣਾ, ਬਦਲਦਾ ਵਕਤ ਹੈ, ਵਕਤ ਨੇ ਬਦਲਦੇ ਰਹਿਣਾ। ਕੌਣ ਲੈਕਚਰ ਕੌਣ ਧਾਰਮਿਕ ਮਿੱਤਰਾਂ ਤੋਂ ਕੀ ਲੈਣਾ, ਸੋ ਇਹ ਆਲੋਚਨਾ ਨਾ ਕਰੋ। ਅੱਜ ਹਿੰਦੀ ਬੋਲਣ ਵਾਲਾ ਵੀ ਬੰਦਾ ਬੇਸ਼ੱਕ ਭਾਸ਼ਾ ਨਾਲ ਲਿਖਦਾ ਹੋਵੇ ਪਰ ਗੀਤ ਪੰਜਾਬੀ ਸੁਣਦਾ, ਜਦੋਂ DJ ਦੇ ਗੁਜਰਾਤ ਦੀਆਂ ਵੀ ਛੋਟੀਆਂ ਨੱਚਦੀਆਂ ਫਿਰ